ਦੋਸਤੋ, ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ 2 ਅਗਸਤ ਦਿਨ ਵੀਰਵਾਰ, ਜੋ ਆਮ ਆਦਮੀ ਪਾਰਟੀ ਵੋਲੰਟੀਅਰਸ ਕਨਵੈਨਸ਼ਨ ਕੀਤੀ ਜਾ ਰਹੀ ਆ ਬਠਿੰਡੇ ਵਿਖੇ। ਅੱਜ ਮੈਂ ਬਠਿੰਡੇ ਖੜ੍ਹਾ ਇੱਥੇ ਥਰਮਲ ਪਾਵਰ ਪਲਾਂਟ 'ਤੇ ਲੱਗ ਕੇ। ਤੋ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਸਭ ਨੇ, ਜਿੱਥੇ ਵੀ ਤੁਸੀਂ ਪੰਜਾਬ ਦੇ ਵਿੱਚ ਮੇਰੀ ਆਵਾਜ਼ ਸੁਣਦੇ ਹੋ, ਮੇਰੀ ਤੁਹਾਨੂੰ ਬਹੁਤ ਨਿਮਰਤਾ ਨਾਲ ਫਰਿਆਦ ਆ ਕਿ ਆਪਾਂ ਆਪਣੇ ਪੰਜਾਬ ਦੇ ਜਿਹੜੇ ਪੱਖ ਦੇ ਮੁੱਦੇ ਨੇ, ਔਰ ਜੋ ਸਾਡੀ ਪਾਰਟੀ ਦਾ ਇਸ ਵਕਤ ਜੋ ਆਮ ਆਦਮੀ ਪਾਰਟੀ ਦਾ ਇੱਕ ਖਿੱਚੋਤਾਣ ਬਣੀ ਹੋਈ ਆ, ਉਸ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਵਾਸਤੇ ਆਪਾਂ ਸਾਰੇ ਪੰਜਾਬੀ ਇੱਕ ਵਾਰੀ ਹੁੰਮ ਹੁਮਾ ਕੇ 2 ਅਗਸਤ ਨੂੰ ਦਿਨ ਵੀਰਵਾਰ ਬਠਿੰਡੇ ਵਿਖੇ ਪਹੁੰਚਣ ਦੀ ਆਪਾਂ ਸਾਰੇ ਚਾਰਾਜੋਈ ਕਰੀਏ, ਯਤਨ ਕਰੀਏ, ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਾਂ ਇਕੱਠ ਕਰੀਏ। ਔਰ ਜਿੱਦਾਂ ਦਾ ਮੈਨੂੰ ਫੀਡਬੈਕ ਮਿਲ ਰਹੀ ਆ ਬਠਿੰਡੇ ਦੇ ਇਰਦ ਗਿਰਦ ਜਿਹੜੇ ਮਾਲਵੇ ਦੇ ਜ਼ਿਲ੍ਹੇ ਨੇ ਅਤੇ ਬਾਕੀ ਪੰਜਾਬ ਦੇ ਜ਼ਿਲ੍ਹਿਆਂ 'ਚੋਂ ਆਪਣੇ ਪਾਰਟੀ ਦੇ ਵੋਲੰਟੀਅਰਸ ਵਿੱਚ ਬਹੁਤ ਬੇਤਹਾਸ਼ਾ, ਬਹੁਤ ਜੋਸ਼ ਆ। ਉਹ ਚਾਹੁੰਦੇ ਨੇ ਕਿ ਅਸੀਂ ਜੋ ਆਮ ਆਦਮੀ ਪਾਰਟੀ ਦਾ ਇਸ ਵਕਤ ਗ੍ਰਾਫ ਜਿਹੜਾ ਗਿਰ ਰਿਹਾ ਸੀ, ਇਸ ਨੂੰ ਆਪਾਂ ਬਹਾਲ ਕਰੀਏ। ਆਮ ਆਦਮੀ ਪਾਰਟੀ ਨੂੰ ਇੱਕ ਵਾਕਿਆ ਹੀ ਪੰਜਾਬ ਦੇ ਵਿੱਚ ਤੀਸਰੇ ਬਦਲ ਦੀ ਸ਼ਕਲ ਵਿੱਚ ਪੇਸ਼ ਕਰੀਏ। ਇੱਕ ਵਾਰ ਆਪਣੇ ਘਰ ਨੂੰ ਆਪਾਂ ਸਾਰਾ ਠੀਕ ਕਰੀਏ ਅਤੇ ਫਿਰ ਅੱਛੇ ਆਦਮੀਆਂ ਨੂੰ ਪੰਜਾਬ ਦੇ ਵਿੱਚ ਨਾਲ ਲੈ ਕੇ ਆਪਣੇ ਪੰਜਾਬ ਨੂੰ, ਜਿਹੜਾ ਪੰਜਾਬ ਇਸ ਵਕਤ ਬਹੁਤ ਬੁਰੀ ਤਰ੍ਹਾਂ ਨਿਕਾਰ ਵਿੱਚ ਜਾ ਰਿਹਾ, ਜਿਸ ਦੀ ਬਾਂਹ ਨਾ ਅਕਾਲੀਆਂ ਨੇ ਫੜੀ, ਜਿਸ ਦੀ ਬਾਂਹ ਨਾ ਅੱਜ ਕਾਂਗਰਸ ਦੇ ਅਤੇ ਕੈਪਟਨ ਅਮਰਿੰਦਰ ਸਿੰਘ ਫੜ ਰਹੇ ਨੇ। ਔਰ ਇਸ ਦੀ ਨੌਬਤ ਇਸ ਕਰਕੇ ਆਈ ਕਿਉਂਕਿ ਜੋ ਪਿਛਲੇ ਦਿਨਾਂ ਤੋਂ ਜਾਂ ਪਿਛਲੇ ਕਈ ਅਰਸੇ ਤੋਂ ਰਿਪੀਟਡਲੀ ਸਾਡੇ 'ਤੇ ਫੈਸਲੇ ਜਿਹੜੇ ਥੋਪੇ ਜਾ ਰਹੇ ਸੀਗੇ, ਚਾਹੇ ਉਹ ਸੁੱਚਾ ਸਿੰਘ ਛੋਟੇਪੁਰ ਦਾ ਫੈਸਲਾ ਹੋਵੇ, ਚਾਹੇ ਉਹ ਗੁਰਪ੍ਰੀਤ ਸਿੰਘ ਘੁੱਗੀ ਦਾ ਫੈਸਲਾ ਹੋਵੇ, ਚਾਹੇ ਉਹ ਬਿਕਰਮਜੀਤ ਮਜੀਠੀਆ ਦੇ ਮਾਫ਼ੀ ਦਾ ਫੈਸਲਾ ਹੋਵੇ, ਜਾਂ ਹੁਣ ਇਹ ਜਿਹੜਾ ਲੀਡਰ ਆਫ ਓਪੋਜੀਸ਼ਨ ਦਾ ਇੱਕ ਟੈਲੀਫੋਨ ਤੋਂ ਟਵੀਟ ਕਰਕੇ ਫੈਸਲਾ ਕੀਤਾ ਗਿਆ, ਜਿਹਦੇ ਵਿੱਚ MLAs ਨੂੰ ਜਿਸ ਤਰ੍ਹਾਂ ਆਪਾਂ ਡੈਮੋਕਰੇਟਿਕ ਤਰੀਕੇ ਦੇ ਨਾਲ ਲੈਜਿਸਲੇਟਿਵ ਵਿੰਗ ਦੀ ਆਪਾਂ ਮੀਟਿੰਗ ਸੱਦ ਕੇ ਉਹਨਾਂ ਦੀ ਰਾਏ ਲੈ ਕੇ ਆਪਾਂ ਨੂੰ ਇਸ ਪ੍ਰਕਿਰਿਆ ਨੂੰ ਫੋਲੋ ਕਰਨਾ ਚਾਹੀਦਾ ਸੀਗਾ, ਉਹ ਮਹਿਜ਼ ਟੈਲੀਫੋਨਾਂ ਦੇ ਉੱਤੇ ਰਾਏ ਲੈ ਕੇ ਟੈਲੀਫੋਨਾਂ ਦੇ ਉੱਤੇ ਹੀ ਵਟਸਐਪ ਦੇ ਚਿੱਠੀ ਭੇਜ ਕੇ ਕਿ ਸਾਈਨ ਕਰਕੇ ਤੁਸੀਂ ਇੱਥੇ ਭੇਜ ਦਿਓ। ਕਈ MLAs ਇਸ ਤਰ੍ਹਾਂ ਦੇ ਨੇ ਜਿਹੜੇ ਕਹਿੰਦੇ ਕਿ ਸਾਨੂੰ ਬੁਲਾਇਆ ਪੰਚਾਇਤੀ ਚੋਣਾਂ ਕਹਿ ਕੇ ਸੀਗਾ ਅਤੇ ਮੁੜ ਕੇ ਚਿੱਠੀ ਸਾਡੇ ਕੋਲ ਸਾਹਮਣੇ ਰੱਖ ਦਿੱਤੀ LOP ਦੀ। LOP ਦੇ ਅਹੁਦੇ ਤੋਂ ਮੈਨੂੰ ਲਾਏ ਜਾਣ ਦੀ ਸਵਾਲ ਸੁਖਪਾਲ ਸਿੰਘ ਖਹਿਰਾ ਨੂੰ ਹਟਾਉਣ ਦਾ ਨਹੀਂ ਗਾ, ਸਵਾਲ ਹੈ ਕਿ ਕੀ ਪੰਜਾਬ ਦੇ ਲੋਕ ਉਹਨਾਂ ਦੇ ਤਕਦੀਰ ਦੇ ਫੈਸਲੇ ਇਸੇ ਤਰ੍ਹਾਂ ਹੀ ਹੋਣਗੇ। ਪੰਜਾਬ ਇਹ ਫੈਸਲਾ ਕਰਨ ਵਾਸਤੇ ਅਸੀਂ ਆਪਣੀ ਇਹ ਆਮ ਆਦਮੀ ਪਾਰਟੀ ਦੀ ਵੋਲੰਟੀਅਰਸ ਕਨਵੈਨਸ਼ਨ ਬੁਲਾਈ ਆ 2 ਅਗਸਤ ਨੂੰ। ਔਰ ਇਸ ਦਰਮਿਆਨ ਕੁਛ ਸਾਡੇ ਸਤਿਕਾਰਯੋਗ MLAs ਨੇ ਕੋਸ਼ਿਸ਼ ਕੀਤੀ ਵੀ ਚਲੋ ਆਪਾਂ ਮਿਲ ਬੈਠ ਕੇ ਆਪਾਂ ਇਸ ਮਸਲੇ ਦਾ ਸਾਰਾ ਹੱਲ ਕੱਢੀਏ। ਸਾਨੂੰ ਅਚਾਨਕ ਦਿੱਲੀ ਤੋਂ ਸੁਣਿਆ ਆ, ਅਸੀਂ ਸਾਰੇ ਜਿਹੜੇ ਲਾਈਕ ਮਾਈਂਡਡ ਜਿਹੜੇ ਮੇਰੇ ਨਾਲ ਸਤਿਕਾਰਯੋਗ MLAs ਨੇ, ਮੈਂ ਉਹਨਾਂ ਨਾਲ ਜਦੋਂ ਮਸ਼ਵਰਾ ਕੀਤਾ ਉਹ ਕਹਿੰਦੇ ਜੀ ਕਿ ਆਪਾਂ ਸਭ ਨੂੰ ਦਿੱਲੀ ਜਾ ਕੇ ਉਹਨਾਂ ਦੇ ਨਾਲ ਡਾਇਲੋਗ ਕਰਨਾ ਚਾਹੀਦਾ, ਗੱਲ ਤੋੜ ਨਹੀਂ ਚਾਹੀਦੀ, ਕਿਉਂਕਿ ਅਸੀਂ ਸਾਰੇ ਜਮਹੂਰੀ ਕਦਰਾਂ ਕੀਮਤਾਂ ਵਿੱਚ ਯਕੀਨ ਰੱਖਦੇ ਹਾਂ। ਮੈਂ ਆਪਣੇ MLAs ਦਾ ਸਤਿਕਾਰ ਕਰਦੇ ਹੋਏ, ਉਹਨਾਂ ਦੀ ਗੱਲ ਮੰਨਦੇ ਹੋਏ ਅਸੀਂ ਕੱਲ੍ਹ ਰਾਤ ਦਿੱਲੀ ਪਹੁੰਚੇ ਹਾਂ ਮਨੀਸ਼ ਸਿਸੋਡੀਆ ਜੀ ਦੇ ਘਰ। ਮੈਂ ਹੁਣ ਬਹੁਤ ਹੀ ਅੰਦਰ ਜਿਹੜੀਆਂ ਪ੍ਰਾਈਵੇਟ ਗੱਲਾਂ ਹੋਈਆਂ ਉਹਦੇ ਵਿੱਚ ਨਾ ਜਾਂਦਾ ਹੋਇਆ, ਲੇਕਿਨ ਜੋ ਸਾਡੇ MLAs ਜਿਸ ਆਸ ਨਾਲ ਗਏ ਸੀਗੇ, ਜਿਹੜੀ ਮੰਗ ਨੂੰ ਲੈ ਕੇ ਗਏ ਸੀਗੇ, ਜਾਂ ਜਿਹੜੀਆਂ ਗੱਲਾਂ ਕਹਿਣ ਗਏ ਸੀਗੇ, ਉੱਥੇ ਸਾਡਾ ਕੋਈ ਉਹਨਾਂ ਦੇ ਨਾਲ ਜਿਹੜਾ ਕਹਿ ਸਕਦੇ ਕਿ ਗੱਲ ਕੋਈ ਨਿਬੜ ਨਾ ਸਕੀ। ਅਤੇ ਉਪਰੰਤ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀ, ਅਸੀਂ ਫਿਰ ਉੱਥੋਂ ਆਏ ਹਾਂ। ਅਤੇ ਆਣ ਕੇ ਮੈਂ ਅੱਜ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਵਰਕਰਸ ਕਨਵੈਨਸ਼ਨ ਹੋਊਗੀ ਵੋਲੰਟੀਅਰਸ, ਅਸੀਂ ਇਹ ਸਾਰਾ ਜਿਹੜਾ ਇਸ ਵਕਤ ਜੋ ਮੌਜੂਦਾ ਹਾਲਾਤ ਹੈ ਇਹ ਉਹਨਾਂ ਦੀ ਕਚਹਿਰੀ 'ਚ ਰੱਖ ਦੇਣਾ, ਔਰ ਆਪਣੀ ਡੋਰ ਜਿਹੜੀ ਆ ਉਹ ਆਪਣੇ ਵੋਲੰਟੀਅਰਸ ਦੇ ਹੱਥ ਵਿੱਚ ਦੇ ਦੇਣੀ ਆ। ਅਤੇ ਫੈਸਲਾ ਉਹਨਾਂ ਨੇ ਲੈਣਾ ਵਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਕਿੱਦਾਂ ਚਲਾਉਣਾ। ਸਾਡੀ ਮਨਸ਼ਾ ਵਾ ਕਿ ਪੰਜਾਬ ਜਿਹੜਾ ਕਿ
ਅੱਜ ਨਸ਼ਿਆਂ ਦੀ ਦਲਦਲ ਵਿੱਚ ਹੈ, ਬੇਰੁਜ਼ਗਾਰੀ ਦੀ ਦਲਦਲ ਵਿੱਚ ਹੈ, ਆਤਮ ਹੱਤਿਆ ਹੋ ਰਹੀਆਂ ਨੇ, ਬਹੁਤ ਕੁਛ ਹੋਰ ਪੰਜਾਬ ਦੇ ਵਿੱਚ ਜਿਹੜਾ ਕਦੀ ਪੰਜਾਬ ਦੇ ਬਾਰੇ ਕਦੀ ਸੁਣਿਆ ਨਹੀਂ ਸੀ ਗਿਆ, ਉਸ ਨੂੰ ਕੱਢਣ ਵਾਸਤੇ ਇਹ ਸਾਰਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਵਾ। ਔਰ ਨਾਲ ਮੈਂ ਇਹ ਵੀ ਅਸੀਂ ਇਹ ਵੀ ਯਤਨ ਕਰਾਂਗੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਜਿਹੜੇ ਮੋਢੀ ਮੈਂਬਰ ਸੀ, ਚੰਗੇ ਲੋਕ ਸੀਗੇ, ਜਿਹੜੇ ਪਿਛਲੇ ਕੋਈ ਡੇਢ ਦੋ ਸਾਲ ਤੋਂ ਮਾਯੂਸ ਹੋ ਕੇ ਆਪਣੇ ਘਰਾਂ ਦੇ ਵਿੱਚ ਬਹਿ ਗਏ, ਅਸੀਂ ਉਹਨਾਂ ਨੂੰ ਵੀ ਫਰਿਆਦ ਕਰਾਂਗੇ ਕਿ ਨਿਕਲੋ। ਪੰਜਾਬੀ ਜਿਹੜੇ ਨੇ ਉਹ ਮਾਯੂਸ ਹੋਣ ਦੀ ਥਾਂ ਉਹਨਾਂ ਨੂੰ ਹਮੇਸ਼ਾ ਇਹ ਸਿਖਾਇਆ ਗਿਆ ਕਿ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਵਾ, ਆਪਾਂ ਜਜ਼ਬੇ ਦੇ ਨਾਲ ਰਹਿਣਾ ਵਾ। ਸੋ ਇਸ ਲਈ ਮੈਂ ਉਹਨਾਂ ਸਾਰੇ ਪੁਰਾਣੇ ਸਤਿਕਾਰਯੋਗ ਆਗੂਆਂ ਨੂੰ, ਵੋਲੰਟੀਅਰਸ ਨੂੰ ਜਿਹੜੇ ਘਰਾਂ 'ਚ ਸਾਰੇ ਮਾਯੂਸੀ ਦੇ ਆਲਮ 'ਚ ਬੈਠੇ ਆ, ਜਾਂ ਉਹ ਸਮਝਦੇ ਕਿ ਨਹੀਂ ਜੋ ਸਾਡਾ ਟੀਚਾ ਸੀ ਇਸ ਪਾਰਟੀ ਦਾ ਇੱਕ ਨਵੇਂ ਤਰ੍ਹਾਂ ਦੀ ਰਾਜਨੀਤੀ ਇੰਟਰੋਡਿਊਸ ਕਰਨ ਦਾ, ਉਹ ਜਦੋਂ ਉਹਨਾਂ ਨੂੰ ਲੱਗਿਆ ਕਿ ਪ੍ਰਾਪਤ ਨਹੀਂ ਹੋ ਰਿਹਾ ਜਾਂ ਉਸ ਟੀਚੇ ਵੱਲ ਨੂੰ ਅਸੀਂ ਨਹੀਂ ਵੱਧ ਰਹੇ ਆਪਣੇ ਘਰਾਂ ਦੇ ਵਿੱਚ ਬੈਠ ਕੇ, ਨੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਦਿਲ ਨਹੀਂ ਹਾਰਨਾ, ਹੌਸਲਾ ਨਹੀਂ ਹਾਰਨਾ, ਆਪਾਂ ਆਓ ਆਪਾਂ ਇਸੇ ਪਲੈਟਫਾਰਮ ਨੂੰ ਆਪਾਂ ਇਸ ਨੂੰ ਔਰਗਨਾਈਜ਼ ਕਰੀਏ, ਇਸ ਨੂੰ ਠੀਕ ਕਰੀਏ, ਔਰ ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ। ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਅਫਵਾਹਾਂ ਉਡਾਉਂਦੇ ਨੇ, ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਨੀ। 2 ਤਾਰੀਖ ਦੀ 2 ਅਗਸਤ ਦੀ ਜਿਹੜੀ ਵੋਲੰਟੀਅਰਸ ਕਨਵੈਨਸ਼ਨ ਹੈ ਉਹ ਆਮ ਆਦਮੀ ਪਾਰਟੀ ਦੇ ਬੈਨਰ ਦੇ ਥੱਲੇ ਹੋਵੇਗੀ, ਉਹਦੇ ਝੰਡੇ ਦੇ ਥੱਲੇ ਹੋਵੇਗੀ, ਔਰ ਸਾਡੀ ਪਾਰਟੀ ਦੇ ਉੱਤੇ ਸਾਨੂੰ ਹੱਕ ਆ, ਕਿਉਂਕਿ ਇਹ ਜਿਹੜੀਆਂ ਪਾਰਟੀਆਂ ਹੁੰਦੀਆਂ ਨਾ ਜੀ, ਇਹ ਕਿਸੇ ਦੀ ਕੋਈ ਪਰਸਨਲ ਜਾਗੀਰ ਨਹੀਂ ਹੁੰਦੀ, ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ 2-4 ਆਦਮੀਆਂ ਦੀ ਨਿੱਗੀ ਇਹਦੇ ਵਿੱਚ। ਅਗਰ ਆਮ ਆਦਮੀ ਪਾਰਟੀ ਵਿੱਚ ਇਸ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚੋਂ ਗੋਆ ਵਾਲਿਆਂ ਨੇ, ਗੁਜਰਾਤ ਵਾਲਿਆਂ ਨੇ, ਦਿੱਲੀ ਵਾਲਿਆਂ ਨੇ ਜਾਂ ਰਾਜਸਥਾਨ ਵਾਲਿਆਂ ਨੇ ਇਹਦੇ 'ਚ ਯੋਗਦਾਨ ਪਾਇਆ, ਤਾਂ ਮਤ ਭੁੱਲਣਾ ਕਿ ਪੰਜਾਬੀਆਂ ਨੇ ਵੀ ਬਹੁਤ ਯੋਗਦਾਨ ਪਾਇਆ। ਉਸ ਵਕਤ ਜਦੋਂ ਸਾਰੇ ਇਸ ਦੇਸ਼ ਨੇ ਨਕਾਰਤਾ ਸੀ ਆਮ ਆਦਮੀ ਪਾਰਟੀ ਨੂੰ, 2014 'ਚ 4 ਮੈਂਬਰ ਪਾਰਲੀਮੈਂਟ ਦਿੱਤੇ, ਔਰ ਇਸ ਤੋਂ ਇਲਾਵਾ ਜਿਹੜੇ ਸਾਡੇ NRI ਪੰਜਾਬੀ ਬੈਠੇ ਨੇ ਉਹਨਾਂ ਨੇ ਬੇਤਹਾਸ਼ਾ ਆਰਥਿਕ ਮਦਦ ਕੀਤੀ, ਮੋਰਲ ਸਪੋਰਟ ਦਿੱਤੀ, ਜਹਾਜ਼ ਭਰ ਭਰ ਕੇ ਪੰਜਾਬ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਲੜੇ, ਉਹਨਾਂ ਨੇ ਕਈ ਪਰਚੇ ਦਰਜ ਕਰਾਏ, ਉਹਨਾਂ ਨੇ ਕਈ ਦੁਸ਼ਮਣੀਆਂ ਪਾਲੀਆਂ ਪਿੰਡਾਂ ਦੇ ਵਿੱਚ, ਅਤੇ ਇਸ ਪਾਰਟੀ ਨੂੰ ਸਿੰਜਿਆ ਉਹਨਾਂ ਨੇ ਆਪਣੇ ਮਿਹਨਤ ਦੇ ਨਾਲ। ਇਸ ਲਈ ਅਸੀਂ ਇਸੇ ਪਾਰਟੀ ਦੇ ਵਿੱਚ ਰਹਿ ਕੇ ਇਸੇ ਪਾਰਟੀ ਨੂੰ ਔਰਗਨਾਈਜ਼ ਕਰਕੇ ਇੱਕ ਐਡਾ ਧੜੱਲੇਦਾਰ ਪਲੈਟਫਾਰਮ ਬਣਾ ਦਈਏ ਜਿਹੜਾ ਕਿ ਅਸੀਂ ਪੰਜਾਬ ਦੇ ਵਿੱਚ ਤੀਸਰੇ ਬਦਲ ਦੀ ਸ਼ਕਲ ਦੇ ਵਿੱਚ ਇਸ ਪਾਰਟੀ ਨੂੰ ਪੇਸ਼ ਕਰ ਸਕੀਏ। ਕਈ ਦਹਾਕਿਆਂ ਤੋਂ ਕਾਂਗਰਸ ਅਕਾਲੀ ਦਲ, ਬਾਦਲ ਅਮਰਿੰਦਰ ਸਿੰਘ ਲੋਕ ਇਹਦੇ ਤੋਂ ਨਿਜਾਤ ਚਾਹੁੰਦੇ ਨੇ, ਲੋਕ ਇਹ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਨੇ, ਪਰ ਦੁੱਖ ਨਾਲ ਕਹਿਣਾ ਪੈਂਦਾ ਵੀ ਜਦ ਵੀ ਬਦਲ ਤਿਆਰ ਹੁੰਦਾ ਵਾ ਕੋਈ ਨਾ ਕੋਈ ਉਹਦੇ ਵਿੱਚ ਗਲਤੀ ਹੋ ਜਾਂਦੀ, ਕੋਈ ਸ਼ਰਾਰਤ ਖੇਡੀ ਜਾਂਦੀ ਆ, ਅਤੇ ਉਹ ਜਿਹੜਾ ਬਦਲ ਆ ਉਹ ਕੋਲੈਪਸ ਹੋ ਜਾਂਦਾ। ਪਰ ਅੱਜ ਵੀ ਲੋਕਾਂ ਦੇ ਵਿੱਚ ਜਜ਼ਬਾ ਉਸ ਬਦਲ ਨੂੰ ਦੁਬਾਰਾ ਮੁੜ ਪੰਜਾਬ ਦੇ ਵਿੱਚ ਸੁਰਜੀਤ ਕਰਨ ਦਾ ਮੈਨੂੰ ਨਜ਼ਰ ਆ ਰਿਹਾ ਵਾ। ਜਿਹੜੀਆਂ ਅੱਜ ਗੱਲਾਂ ਚੱਲ ਰਹੀਆਂ ਕਿ ਅਸੀਂ LOP ਦੀ ਗੱਲ, ਉਹ ਹੁਣ ਗੱਲ ਪਿੱਛੇ ਰਹਿ ਗਈ ਆ। ਮੈਂ ਨਾ LOP ਦੇ ਅਹੁਦੇ ਦੇ ਜਾਣ ਦਾ ਮੈਨੂੰ ਦੁੱਖ ਹੈ, ਕਿਉਂਕਿ ਇੰਨਾ ਪਿਆਰ ਦਿੱਤਾ ਮੈਨੂੰ ਲੋਕਾਂ ਨੇ ਦੁਨੀਆ ਭਰ ਦੇ ਵਿੱਚੋਂ। ਮੈਂ ਕਹਿੰਦਾ ਵੋਲੰਟੀਅਰਸ ਨੇ, ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ, ਕੀ ਅਕਾਲੀਆਂ ਨੇ, ਕੀ ਕਾਂਗਰਸ ਨੇ, ਕੀ ਬਸਪਾ ਨੇ, ਕੀ ਸਾਰੇ ਪਾਰਟੀ ਦੇ ਜਿਹੜੇ ਚੰਗੇ ਗੈਰਤਮੰਦ ਲੋਕ ਆ, ਉਹ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਹਾਂ ਔਰ ਤੁਸੀਂ ਬਿਲਕੁਲ ਹੌਸਲਾ ਨਹੀਂ ਹਾਰਨਾ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੇਰਾ ਹੌਸਲਾ ਪਹਿਲੇ ਦਿਨ ਤੋਂ ਨਹੀਂ ਸੀ ਟੁੱਟਿਆ। ਅਹੁਦੇ ਜਿਹੜੇ ਨੇ ਉਹ ਆਉਣੀਆਂ ਜਾਣੀਆਂ ਚੀਜ਼ਾਂ ਨੇ, ਅਹੁਦੇ ਜਿਹੜਾ ਆਦਮੀ ਅਹੁਦੇ ਨੂੰ ਚਿੰਬੜਦਾ ਇਹਦਾ ਮਤਲਬ ਉਹਦੇ ਮਨ ਵਿੱਚ ਆਪਣੇ ਸੂਬੇ ਅਤੇ ਆਪਣੀ ਕੌਮ ਅਤੇ ਆਪਣੇ ਲੋਕਾਂ ਦੇ ਵਾਸਤੇ ਜਜ਼ਬਾ ਨਹੀਂ ਗਾ। ਇਸ ਲਈ ਅਹੁਦੇ ਨੂੰ ਪਿੱਛੇ ਛੱਡ ਦਿਓ, ਹੁਣ ਇਸ ਪਿੱਛੇ ਰੱਖ ਦਿਓ। ਹੁਣ ਸਵਾਲ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਇਸ ਪਾਰਟੀ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਅਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਿੱਦਾਂ ਕਰਨਾ। ਇਸ ਲਈ ਦੁਬਾਰਾ ਫਿਰ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਦੁਬਾਰਾ ਕਿ 2 ਅਗਸਤ ਦਿਨ ਰਹਿ ਗਏ ਨੇ, ਬਹੁਤ ਚੰਦ, ਅੱਜ 30 ਤਰੀਕ ਆ, 31 ਸਿਰਫ 2 ਦਿਨ, ਅਤੇ ਤੀਸਰੇ ਦਿਨ ਨੂੰ ਆਪਾਂ ਬਠਿੰਡੇ ਵਿਖੇ ਹੁੰਮਾ ਕੇ ਪਹੁੰਚਣਾ। ਸਾਡੇ ਕੋਲ ਬਹੁਤ ਸਾਧਨ ਨਹੀਂ ਗਏ, ਅਸੀਂ ਮੈਂ ਤਾਂ ਬਿਲਕੁਲ ਹੀ ਜਿਹਨੂੰ ਕਹਿੰਦੇ ਹਾਂ ਕਿ ਸਧਾਰਨ ਆਮ ਜਿੱਦਾਂ ਹੁੰਦੇ ਨੇ, ਸਾਡੇ ਕੋਲ ਇੱਦਾਂ ਦੇ ਲੰਬੇ ਚੌੜੇ ਸਾਧਨ ਨਹੀਂ ਕਿ ਅਸੀਂ ਤੁਹਾਡੇ ਲਈ ਕੋਈ ਬਹੁਤ
ਵੱਡੇ ਪ੍ਰਬੰਧ ਕਰ ਸਕੀਏ, ਕੋਈ ਬਹੁਤ ਵੱਡੇ ਲੈਵਲ 'ਤੇ ਟਰਾਂਸਪੋਰਟ ਦੇ ਸਕੀਏ। ਆਪੇ ਹੀ ਬੱਸਾਂ ਕਰੋ ਮੇਰੇ ਵੀਰੋ ਅਤੇ ਭੈਣੋ ਅਤੇ ਭਰਾਓ, ਆਪੇ ਹੀ ਆਪਣੀ ਟਰਾਂਸਪੋਰਟ ਅਰੇਂਜ ਕਰੋ। ਕੋਸ਼ਿਸ਼ ਕਰੋ ਕਿ ਬਠਿੰਡੇ ਵਿੱਚ ਤੁਸੀਂ ਠੀਕ 11 ਵਜੇ ਤੁਸੀਂ ਪਹੁੰਚ ਸਕੋ। ਅਸੀਂ ਪੋਸਟਰਸ ਪਾ ਰਹੇ ਹਾਂ ਸੋਸ਼ਲ ਮੀਡੀਆ 'ਤੇ, ਅਖਬਾਰਾਂ ਵਿੱਚ ਇਸ਼ਤਿਹਾਰ ਦੇਵਾਂਗੇ, ਔਰ ਉੱਥੋਂ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਗਜੈਕਟ ਵੈਨਿਊ ਕਿੱਥੇ ਆ। ਤੁਸੀਂ 11 ਵਜੇ ਬਠਿੰਡੇ ਵੀਰਵਾਰ ਵਾਲੇ ਦਿਨ 2 ਤਾਰੀਖ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਆ। ਔਰ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਡੇ ਕੋਲ ਕਮੀ ਆ ਚੀਜ਼ਾਂ ਦੀ, ਉਸ ਗੱਲ ਨੂੰ ਤੁਸੀਂ ਨਜ਼ਰਅੰਦਾਜ਼ ਕਰਨਾ ਵਾ, ਤੁਸੀਂ ਉਸ ਗੱਲ ਨੂੰ ਸਮਝ ਕੇ ਅਤੇ ਦੂਰ ਦੁਰਾਡੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇਸ ਕਨਵੈਨਸ਼ਨ ਵਿੱਚ ਪਹੁੰਚ ਕੇ ਕਾਮਯਾਬ ਕਰਨਾ, ਔਰ ਇਸ ਪੰਜਾਬ ਦੇ ਜਿਹੜਾ ਡਿੱਗਦਾ ਹੋਇਆ ਗ੍ਰਾਫ ਹੈ ਉਸ ਨੂੰ ਆਪਾਂ ਦੁਬਾਰਾ ਰੀਰੇਲ ਕਰਕੇ ਇੱਕ ਸਹੀ ਦਿਸ਼ਾ ਵੱਲ ਲਿਜਾਣਾ ਅਤੇ ਨਾਲ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਦੇ ਨਾਲ ਆਪਾਂ ਕੰਮ ਕਰਨਾ। ਮੈਨੂੰ ਪੂਰਾ ਆਸ ਹੈ ਕਿ ਤੁਸੀਂ ਸਾਰੇ ਵੱਧ ਤੋਂ ਵੱਧ ਸਾਥ ਦਿਓਗੇ, ਅਤੇ ਤੁਹਾਨੂੰ ਜੇ ਲੱਗਿਆ ਕਿ ਹਾਂ ਇੱਥੇ ਪਹੁੰਚਣਾ ਵਾ, ਇਸੇ ਹੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਅਤੇ 2 ਅਗਸਤ ਦਿਨ ਵੀਰਵਾਰ ਬਠਿੰਡੇ ਪਹੁੰਚਣ ਦੀ ਕਿਰਪਾਲਤਾ ਕਰਨੀ ਠੀਕ 11 ਵਜੇ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।